ਕੁਝ ਦਿਨ ਪਹਿਲਾਂ ਹੋਈ ਪੰਜਾਬ ਨੈਸ਼ਨਲ ਬੈਂਕ ਜਮਰਾਏ ਵਿੱਚੋਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 6,63,945 ਰੁਪਏ ਦੀ ਰੋਬਰੀ ਕਰਨ ਵਾਲੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਅਤੇ ਇੱਕ ਔਰਤ ਨੂੰ ਨਕਦੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ, ਜਿਨ੍ਹਾਂ ਦੇ ਖਿਲਾਫ਼ ਥਾਣਾ ਗੋਇੰਦਵਾਲ ਸਾਹਿਬ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ SSP ਦਰਸ਼ਨ ਸਿੰਘ ਮਾਨ ਨੇ ਕਿਹਾ ਕਿ SPD ਤਿਲਕਰਾਜ ਤਰਨ ਤਾਰਨ ਸੁਪਰਵਿਜ਼ਨ ਸਪੈਸ਼ਲ ਟੀਮਾਂ ਤਿਆਰ ਕਰਕੇ ਉਹਨਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਸਨ ਅਤੇ ਰੋਜ਼ਾਨਾ ਹੀ ਇਹਨਾਂ ਆਰੋਪੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਲਈ ਜੱਗੀ ਪੱਧਰ ਤੇ ਕਾਰਵਾਈ ਚੱਲ ਰਹੀ ਸੀ, ਜਿਸ ਤਹਿਤ ਕਾਰਵਾਈ ਕਰਦਿਆਂ ਹੋਇਆ ਤਰਨ ਤਾਰਨ ਦੀ ਪੁਲਿਸ ਨੇ ਇਸ ਮੁਕੱਦਮੇ ਨੂੰ ਟਰੇਸ ਕਰਕੇ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਅਸੀਂ ਰਛਪਾਲ ਸਿੰਘ ਬਾਬਾ ਤੇ ਉਹਦੀ ਵਾਈਫ ਨੂੰ ਅਰੈਸਟ ਕਰ ਲਿਆ। ਉਹਦੇ ਤੋਂ 1,00,000 ਰੁਪਈਆ ਡਕੈਤੀ ਦਾ ਮਿਲ ਗਿਆ, ਜਿੰਨੇ ਇਹਨਾਂ ਨੇ ਉਸ ਕੱਪੜੇ ਯੂਜ ਕੀਤੇ ਸੀ ਉਹ ਮਿਲ ਗਏ, ਕਿਉਂਕਿ ਉਹ ਵੀਡੀਓ CCTV ਫੁਟੇਜ 'ਚ ਆਈ ਹੋਈ ਆ, ਉਹ ਬਿਲਕੁਲ ਮੈਚ ਕਰਦੇ ਨੇ। ਇਸ ਤੋਂ ਇਲਾਵਾ 1,00,000 ਰੁਪਇਆ ਇਹਨਾਂ ਤੋਂ ਰਿਕਵਰ ਹੋਇਆ ਤੇ 300 ਗ੍ਰਾਮ ਹੈਰੋਇਨ ਰਛਪਾਲ ਸਿੰਘ ਬਾਬਾ ਤੋਂ ਅਸੀਂ ਰਿਕਵਰ ਕਰ ਚੁੱਕੇ ਹਾਂ। ਤਰਨ ਤਾਰਨ ਤੋਂ ਹਰਜਿੰਦਰ ਗੱਬਰ, ਜੀਵੇ ਪੰਜਾਬ TV।